حجت خدا، بسم اللہ الرحمن الرحیم، اللہم کن ولیک الحجت ابن الحسن صلواتک علیہ وعلی آبائہ فی حاضر سات وفی کل سات من سات لیل و النہار ولیم و حافظم و قائدم و ناصرم و دلیلم و عین عطا تسکنہ ارزق تعاون و تمتعہ فیہا طویلہ یا رب محمد و آل محمد صلی علی محمد و آل محمد و اجل فرج آل ہے مولا بانیان دی توفیق آتے چھ اضافہ فرمائے، جتنے حاضرین مجلس میرے مولا صغیرہ اور کبیرہ گناہ معاف فرمائے، آلیا سین دی جکی رسد کا ماما بھینہ دی پت اسلام کرو، جو بے گناہ کہہ دن مولا کہہ تو رہے فرمائے، جو بے اولاد مولا اولاد نرینہ کہہ فرمائے، جنہ کول اولاداں ہیں میرے مولا انہوں نے نیک بنا، شبیر دے ماتمی بنا، مولا دے عزادار بنا، وسطے رہن یا علی کہن والے، ہو جائے وسن اور گھر وسن، جتھے پنجا بارہ چودہ دا ذکر، میرا رسول ہمیشہ کمال کرتا ہے، میرا رسول ہمیشہ کمال کرتا ہے، جو فیصلہ بھی کرے بے مثال کرتا ہے، الزام بہتان بس علی علی کر دین شیعہ جہنی وجہ دنال کائنات ان دا نام نہیں چہنے، آؤ شیعہ دا ایک ذاکر غلام عباس رتن اپنی مجلس دا آغاز ہی سرکار دے نام تو کر رہے ہیں، ایسا ہی 39-97 رکشہ ہے 39-97، یہ بہت ہی غلط کھلوتی ہے، ہٹاؤ میں جا کے ایجنڈا بھی ہے، وہ جلدی گیٹ تے پہنچی، اور بھی جنہوں اندازہ ہے کہ ساڑی گڈی صحیح نہیں کھلوتی جا کے ٹھیک کر لیں، سلوات خندہ پشانی لگا، میرا رسول ہمیشہ کمال کرتا ہے، میں کیا آؤ ادنا جیا مولا دا مدہ خان سرکار دے نام تو سوال پہ انہوں نے کمال کیویں کر دے، بزرگ پڑھ دے انہوں نے کہ تاجر ہا تاجر تجارت دی غرض واسطے گھروں تیاری کیتی ہے، ایک پترہ پتر دا ہاتھ نپ کے اپنی زال کول اپنی بیوی دے کول گھننا ہے، بیوی کو آدھا ہے میرے پتر دی پارت ہو بھی میں تجارت واسطے جا رہی ہیں، زیادہ ٹائم بھی لگ سکتا ہے، ہو سکتا ہے کافی عرصے دے بعد واپس آما، اندھا خیال رکھیں جی، ٹھیک ہے پتر نو بیوی دے حوالے کر کے پارت دے کے لگا گیا تجارت واسطے کمال کرتا ہے، ذہن وچ رہے، لگا گیا
ਕਾਫੀ ਅਰਸੇ ਦੇ ਬਾਅਦ ਕਾਫੀ ਦੇਰ ਨਾਲ ਇਹ ਤਾਜਰ ਵਾਪਸ ਵੱਲ, ਹੁਣ ਜੋ ਘਰ 'ਚ ਕਦਮ ਰੱਖੇ ਇੱਕ ਨਹੀਂ ਦੋ ਬੱਚੇ ਖੇਲਦੇ ਹੋਏ ਨਜ਼ਰ ਆਏ, ਹੈਰਾਨ ਹੋ ਕੇ ਬੀਵੀ ਦੇ ਕੋਲ ਲਗਾਏ। ਬੀਵੀ ਕੋ ਆਖਦਾ ਇਹ ਵੱਡੇ ਪੁੱਤਰ ਦਾ ਤਾਂ ਮੇਰੇ ਕੋ ਪਤਾ ਹੈ, ਇਹ ਤਾਂ ਇਹ ਮੇਡਾ, ਇਹ ਛੋਟਾ ਪੁੱਤਰ ਕਹਿੰਦਾ। ਬੀਵੀ ਆਖਿਆ ਅੱਲਾ ਮਾਨਦੇ ਵੀ ਇਹ ਵੀ ਤੇਡਾ ਹੈ, ਅਗਰ ਨਾ ਤੈਂ ਅਮਾਨਤ 'ਚ ਖਿਆਨਤ ਕੀਤੀ ਹੈ ਲਿਹਾਜ਼ਾ ਛੋਟੇ ਬੱਚੇ 'ਤੇ ਮੈਂ ਕੁਛ ਸ਼ੱਕ ਹੈ। ਬੀਵੀ ਸਿਆਣੀ ਆਈ ਮੁਸਕੁਰਾ ਕੇ ਆਦੀ ਹੈ ਬਹਿਸ ਕਰਨ ਦੀ ਜ਼ਰੂਰਤ ਨਹੀਂ, ਰਸੂਲ ਦੀ ਕਚਾਰੀ ਲੱਗੀ ਹੋਈ ਹੈ। ਮੈਂ ਕਿਦਾਂ ਥੋੜ੍ਹਾ ਜਿਹਾ ਸੋਚ, ਬਹਿਸ ਕਰਨ ਦੀ ਜ਼ਰੂਰਤ ਨਹੀਂ, ਬਤੂਲ ਦੇ ਬਾਬੇ ਦੀ ਕਚਾਰੀ 'ਚ ਵਹਿੰਦੇ ਹਾਂ। ਇਹ ਉੱਚਾ ਹੋ ਗਿਆ, ਠੀਕ ਹੈ, ਬਹਿਸ ਕਰਨ ਦੀ ਜ਼ਰੂਰਤ ਨਹੀਂ, ਅੱਲਾਹ ਦੇ ਨਬੀ ਦੇ ਦਰਬਾਰ 'ਚ ਵਹਿੰਦੇ ਹਾਂ, ਫੈਸਲਾ ਕਰਵਾਉਂਦੇ ਹਾਂ। ਬਤੂਲ ਦਾ ਬਾਬਾ ਜਿਹੜਾ ਫੈਸਲਾ ਕਰੇ ਸੀ ਫਿਰ ਤਾਂ ਕੋਈ ਸ਼ੱਕ ਨਾ ਸੀ ਨਾ, ਉਹਦਾ ਇਨਸਾਨ ਆ ਸਮਝਦਾ ਜਿਹੜਾ ਬਤੂਲ ਦੇ ਬਾਬੇ ਦੇ ਫੈਸਲੇ 'ਤੇ ਸ਼ੱਕ ਕਰੇ ਉਹਦਾ ਹਰਾਮੀ ਹੈ। ਅਦੇ ਮੈਂ ਕੋ ਸਲਾਹ ਪਸੰਦ ਆਈ, ਅਦੇ ਮੈਂ ਕੋ ਮਨਜ਼ੂਰ ਹੈ, ਦੂਹਾਂ ਬਾਲਾ ਕੋ ਨਾਰਾ ਲਾ ਕੇ, ਮੇਰਾ ਰਸੂਲ ਹਮੇਸ਼ਾ ਕਮਾਲ ਕਰਤਾ ਹੈ ਇਸੇ ਪਾਸੇ ਆਉਂਦਾ ਪਿਆ, ਦੂਹਾਂ ਬਾਲਾ ਕੋ ਨਾਰਾ ਲਾ ਕੇ ਅੱਲਾ ਦੇ ਨਬੀ ਦੇ ਦਰਬਾਰ 'ਚ ਆਏ, ਸਲਾਮ ਕੀਤਾ ਅਲੈਕਾ ਸਲਾਮ। ਸਰਕਾਰ ਮੈਂ ਤਾਜਰ ਹਾਂ, ਹਸਨੈਨ ਸ਼ਰੀਫ ਹੈ ਦਾ ਪਾਕ ਨਾਨਾ ਮੁਸਕੁਰਾ ਕੇ ਫਰਮਾਉਂਦੇ ਨੇ ਮੈਂ ਜਾਣਦਾ ਹਾਂ, ਮੈਂ ਜਾਣ ਜੇ ਵੱਧ ਤਾਂ ਤੁਸੀਂ ਇਹ ਵੀ ਜਾਣਦੇ ਹੋ ਸੋ ਅਸਾਂ ਕਿਹੜੇ ਵਾਸਤੇ ਕਿਸ ਵਾਸਤੇ ਆਏ ਕਿਹੜੇ ਕੰਮ ਵਾਸਤੇ ਆਏ। ਸਰਕਾਰ ਫਰਮਾਇਆ ਮੈਂ ਜਾਣਦਾ ਹਾਂ ਲੇਕਿਨ ਸਾਰਿਆਂ ਦੇ ਸਾਹਮਣੇ ਸੁਣਨਾ ਚਾਹੁੰਦਾ, ਇਹਨਾਂ ਕੋ ਦੱਸਣਾ ਚਾਹੁੰਦਾ। ਇਹ ਬੁਲੰਦ ਆਵਾਜ਼ ਦੇ ਨਾਲ, ਵਸੀ ਆਵਾਜ਼ ਦੇ ਨਾਲ, ਸਰਕਾਰ ਮੈਂ ਤਾਜਰ ਹਾਂ, ਤਜਾਰਤ ਦੀ ਗਰਜ਼ ਵਾਸਤੇ ਕੁਝ ਅਰਸੇ ਵਾਸਤੇ ਲਗਾ ਗਿਆ, ਇੱਕ ਪੁੱਤਰ ਆ ਵਾਪਸ ਆਇਆ, ਦੋ ਬੱਚੇ ਖੇਲਦੇ ਹੋਏ ਘਰ 'ਚ ਨਜ਼ਰ ਆ, ਲਿਹਾਜ਼ਾ ਛੋਟੇ ਬੱਚੇ 'ਤੇ ਮੈਂ ਕੁਛ ਸ਼ੱਕ ਕੇ, ਮੇਰਾ ਸ਼ੱਕ ਦੂਰ ਕਰੋ। ਹੁਣ ਮੇਰਾ ਤੁਹਾਡੇ 'ਤੇ ਸਵਾਲ ਹੈ, ਮੁਲਤਾਨ ਔਰ ਗਿਰਦੋ ਨਵਾਦ ਸ਼ਰੀਫ ਦੂਰ ਦੂਰ ਤੋਂ ਚਿਹਰੇ ਮੇਰੇ ਸਾਹਮਣੇ ਤਸ਼ਰੀਫ ਫਰਮਾਓ, ਪਾਕਿਸਤਾਨ ਦਾ ਮਜਮਾ ਹੈ, ਮੇਰਾ ਤੁਹਾਡੇ 'ਤੇ ਸਵਾਲ ਕੀ ਖਿਆਲ ਹੈ? ਅੱਲਾ ਦਾ ਨਬੀ ਆਪ ਖੁਦ ਜਵਾਬ ਨਾ ਦੇ ਸਕਦੇ? ਉਹ ਬਾਬਾ ਜਿਹੜਾ ਅਲੀ ਦਾ ਵੀ ਸਰਦਾਰ ਹੈ ਦੇ ਸਕਦੇ ਹਨ, ਲੇਕਿਨ ਅਜ਼ਮਤ ਦੱਸੀਏ। ਫਰਮੈਂਦਨ ਸਲਮਾਨ ਜੀ ਵਾਰਸ ਹੈ ਦੋ ਜਹਾਨ, ਇਹ ਘਰੋਂ ਮੇਰੇ ਹੁਸੈਨ ਨੂੰ ਤਾਂ ਲੈ ਆ, ਘਰੋਂ ਮੇਰੇ ਹੁਸੈਨ ਨੂੰ ਤਾਂ ਗਿਣ। ਸਲਮਾਨ ਗਏ ਅੰਗਲ ਦੇ ਨਾਲ ਲਾ ਕੇ ਛੋਟਾ ਜਿਹਾ ਸਨ ਸਰਕਾਰ ਹੁਸੈਨ ਦਾ ਦਰਬਾਰ 'ਚ ਗਿਣ ਆਏ, ਚਿਹਰੇ ਵੇਖਣੇ ਨੇ ਮੈਂ ਫਜ਼ਾਇਲ ਦਾ ਜੁਮਲਾ ਸੁਣ ਕੇ ਕਿਤਨੇ ਚਿਹਰਿਆਂ 'ਤੇ ਰੌਣਕ ਆਉਂਦੀ ਹੈ। ਬਤੂਲ ਦਾ ਪੁੱਤਰ ਦਰਬਾਰ 'ਚ ਅੰਦਰ ਕਦਮ ਰੱਖਿਆ, ਉਹ ਜਿਹੜਾ ਛੋਟਾ ਬੱਚਾ ਜਿਹਦੇ 'ਤੇ ਸ਼ੱਕ ਹੈ, ਮਾਂ ਦੀ ਝੋਲੀ ਛੋੜੀਏ, ਬਤੂਲ ਦੇ ਪੁੱਤਰ ਦੇ ਕਦਮਾਂ 'ਤੇ ਆ ਕੇ ਸਰ ਰੱਖੇ, ਸਲਾਮ ਕੀਤਾ, ਵਾਪਸ ਆ ਕੇ ਵੱਧ ਮਾਂ ਦੀ ਗੋਦ 'ਚ ਬਹਿ ਗਿਆ। ਸਰਕਾਰ ਕੋਲ ਮਸਲੇ ਮਸਾਇਲ ਆਉਂਦੇ ਰਹੇ, ਹੱਲ ਕਰਦੇ ਰਹੇ, 3-4-5 ਘੰਟੇ ਗੁਜ਼ਰਨ ਦੇ ਬਾਅਦ ਤਾਜਰ ਵੱਧ ਉੱਠਾ, ਸਰਕਾਰ ਦੂਰ ਦੇ ਮੁਸਾਫਿਰਾਂ ਸਫ਼ਰ ਕਰਨਾ ਹੈ, ਇਹ ਫੈਸਲਾ ਤੁਹਾਡੇ ਅੱਗੇ ਰੱਖੇ, ਮੇਰੇ ਹੱਕ 'ਚ ਕੋਈ ਫੈਸਲਾ ਨਹੀਂ ਕੀਤਾ, ਬੱਚੇ ਦੇ ਮੁਤਲਕ ਪੁੱਛੇ। ਪਹਿਲੀ ਦਫ਼ਾ ਜਨਾਬ ਖਤਮੇ ਮਤਬਤ ਚਿਹਰੇ 'ਤੇ ਜਲਾਲ ਆਏ, ਇਸ ਬੰਦੇ ਦੇ ਪਾਸੇ ਦੇਖ ਕੇ ਆਦਮ ਸ਼ਰਮ ਨਹੀਂ ਆਉਂਦੀ, ਹੁਸੈਨ ਨੂੰ ਸਲਾਮ ਸਿਰਫ ਹੱਲਾ ਨਹੀਂ ਕਰਦਾ ਹੈ,
कौड़े बछड़े और तेरा फैसला तो हो चुका है जना तेरे छोटे पुत्र ने मेरे पुत्र हुसैन का सलाम किया है ये तो हलाली इस वास्ते मेरा रसूल हमेशा कमाल करता है जो फैसला भी करे बेमिसाल करता है मेरे रसूल को शम्सो कमर से मत पहचान के ऐसे काम तो इनका बिलाल करता है أعوذ بالله من الشيطان الرجيم بسم الله الرحمن الرحيم رب अली उत होना चाहिए उत नहीं होना चाहिए अजीब दौर मेरा सवाल है अली किथे नहीं होना चाहिए रब्बे कौन है उन्होंने मुखातिब जेड़े आदन इत होना चाहिए इत नहीं रब्बे कौन है के राजों को अली कहते हैं दीन इस्लाम के नाजों को अली कहते हैं तुम तो कहते हो के अली जुज़्वे इबादत नहीं हम रसूलों की नमाजों को अली कलंदर को खुश करना तो नारा इधर बोलो 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 अली लाली कलंदर आबाद रहो वस्त रहो हर मौला दे मदा खान दा अपना अंदाज है मिंबर ते खड़ा अगली मजलिस नसीब ना होवे अगर मैं गलत बयानी करा मैं मुकाबला बना के नहीं पढ़ता मैं हमेशा उस जिक्र दा कायल हां जिंदे ते साईं राजी होन बंदियां नूं खुश करन वास्ते ने ऐसी मजलिस जिंदे ते साईं भी राजी हो अल्हम्दुलिल्लाह मुतमईन जिया जाकिर फलक नशी ने दिया वो कमाल मट्टी को फलक नशी ने दिया वो कमाल मट्टी को फलक नशी सानी मिश्रा सुनना नहीं आज मौला बिल्कुल आदत नहीं तवज्जो हालांकि मायूब नहीं जाकरी हिस्सा है लेकिन मैं इन्हें गलों से टाइम नहीं लेना इनू की करन दे उथे ही रहन दे मैनू बड़ा तजर्बा है अल्लाह ना छेड़ खोल दे थोड़ा जि खोल दे अल्लाह जिंदगी करे
तेरे हक च दुआ कर सक। आबाद रहो। फलक नशी है, बस ठीक है। फलक नशी ने दिया वो कमाल मट्टी को शिफा बना गया जहरा कलाल मट्टी को आबाद रहो, वस्ते रहो। क्या मयार समात है। फलक नशी ने दिया वो कमाल मट्टी को, रदीफ है मट्टी को, रेपिटेशन मट्टी को। फलक नशी ने दिया वो कमाल मट्टी को, शिफा बना गया जहरा का लाल मट्टी को। हुण तुस पहुंच गए हो, हुण अगला काफिया जनांदा पे बंदे इंतजार च। अगला काफिया केड़ा हो सी, तौजी नहीं तशरी नहीं। ये जानती है के हम लोग भू तुराबी हैं, ये जानती पड़ेगा रखना हमारा ख्याल मट्टी को। सलामत रहो, वस्ते रहो। मैं भी हो सकता है कोई एक दो बंदे चुप रह गए हो शेर सुन के, जितों तक मेरी नज़र नहीं पहुंचती। बाकी तेजर तकरीबन बार गए हैं, मैं देख रहा, महसूस कर रहे हैं। सारे बोल पे और खुश भी हैं, दाद भी दे रहे हैं, दुआ भी। जिन्हें मेरी नज़र नहीं पहुंच रही, मसलन गेट तक मजमा है, जिन्होंने मैं नहीं देख सकता, अगर मैं उन्होंने तो भी दाद ना लवा तो मैं इतने लैन की आया। दिल ठरे फिर अली अली करे, दिल ठरे फिर अली अली करे। अजब नहीं के तू खाके शिफा का मुनकिर है, कोई अजीब नहीं, अजब नहीं है। अजब नहीं के तू खाके शिफा का मुनकिर मस हलाल मट्टी को। आबाद रहो, वस्ते रहो। अजब नहीं के तू खाके शिफा का मुनकिर है, हराम कैसे करे मस हलाल मट्टी को, ख्याल मट्टी को, कमाल मट्टी को, लाल मट्टी को। ए एंगल जरा हट के, नवीद अब्बास नवीद की नजम लिखी हुई है फैसलाबाद, मैं याद आ जाऊ, मैं नाम लेना। ये जरा ख्याल जरा एंगल है हूँ शेर का, अगर लुत्फ आवे मुसल्ले ते भी याद आवे, घर बैठे बिस्तर ते भी याद आ जाए। नाचीज वास एक नमाज दुआ जरूर करे सो, क्योंकि लिखिया उन्होंने पढ़ मैं रहा। इसका खूबसूरत लिबास जनाब तक मैं पहुँचा रहा,
फलक नशी ने दिया वो कमाल, मट्टी को शिफा बना गया जहरा कलाल। मट्टी को ये जानती है कि हम लोग भूतुराबी हैं, पड़ेगा रखना हमारा ख्याल। मट्टी को अजब नहीं कि तू खा के शिफा का मुनकर है, हराम कैसे करे मस। हलाल मट्टी को कहा जुबैदा ने, जन्नत की भीख दे मुझको। हाय हाय हाय, कहा जुबैदा ने, जन्नत की भीख दे मुझको। मलंग कहने लगा ले संभाल मट्टी को, मलंगी गए हक अली हक अली। जियो जियो। कहा जुबैदा ने, जन्नत की भीख दे मुझको। मलंग कहने लगा ले संभाल। आबाद रहो, सलामत रहो, वसते रहो। अपने साथियों नाल दो शेर तुम सुनाइए। केड़ा भाई याद आ गया। अपने साथियों नाल जरा कसीदा सुनाउन लगे, ये भी बड़ा दिलचस्प जहा कसीदा है। नहीं मकता कोई नहीं, अगर होता मैं जरूर सुन। जो मैं नाम जो चाले समझ लो मकता है, जाकिर तो मैं नाम नहीं जाना। आख दिन दिन बड़ी जरूरत का मुजाहरा कर दिन, हूने मुसले तो लेके लिया। मैं उस मुसले का नहीं पता लगता पे। हाँ देखो, ये इमाम हुसैन की कबर की छबी है मिम्बर, तो जरूरत वाला काम नहीं। मिम्बर तो खलो के, कबर तो खलो के झूठ मारू। हौसले की गल है, मैं गल पहुँचा दी। जाना लिखिया मैं पता हो से मैं नाम चाहिए। मेरे बरादरे मोहतरम, मेरे उस्ताद भाई जाकिर गुलाम रजा झंडवी साहब बीमार हैं, मौला सेहत दे, दिल दे मरीज हैं। मैंबर तो दुआ मांगा मौला उनसे दे। उन्होंने लिखे दो शेर बड़ा दिलचस्प जहा काफिया रजा रजा झंडवी साहब ने। अली को मालिक इज्जत में बड़ा पाया इजाफा है, अली को मालिक इज्जत में बड़ा पाया इजाफा है, अली को मालिक इज्जत में बड़ा पाया इजाफा है, अली को मालिक इज्जत में बड़ा पाया इजाफा है, अली को मालिक इज्जत में बड़ा। ठर ठर खलो जाओ। जेड़ा जितों तक आवाज़ का सुर का लगाओ है, मैं मिंबर ते अच्छा नहीं समझदा इस गल करना। इस मामले च मैनू इन्ना कुछ याद है कि शायद ही किसी नू याद हो, लेकिन मैं मिंबर ते उतनिया इस्तेमाल करनी है जितनी मैनू जरूरत है। मैं गल पहुँचा दी है। आबाद रहो, अली को मान के इज्जत में बड़ा पाया इजाफा है, अली को मान के इज्जत में बड़ा पाया इजाफा है, अली को मान के इज्जत में बड़ा पाया इजाफा है, इजाफा में बड़ा पाया इजाफा है, अली।
अली को मान के इज्जत में बड़ा काबू करके बना जमीन में फरदेसानी पड़न लगा इजाफा इजाफा काफी है जड़ा के काफी आ रहे काबू होके अली को मान के इज्जत में बड़ा पाया इजाफा है बिना हो पे अली ये दीन एक खाली लिफाफा है आबाद रहो इजाफा है अली को मान के और कोड़िया अली नु मनन दे नाल इज्जत वध दी है अली को मान के इज्जत में बड़ा पाया इजाफा है बिना हुब्बे अली ये दीन एक खाली लिफाफा हुन बंदे इंतजार च खसूसन सादात जान खसूसन ओ जड़े शायरी नाल लगाओ रख दें के गुलाम अब्बास रतन काफिया सामने रखे इजाफा है लिफाफा है अगला केड़ा काफिया सी ये जड़ा काफिया आंदा पे है ना ये जल्दी लभण वाला नहीं हाँ थोड़ी जी देर लग सी पहुंचने च इजाफा है लिफाफा है अगला काफिया पूरी तवज्जो के में भाई करूं तारीफ मैं कैसे अली के बाग घर की करूं तारीफ मैं कैसे अली के बाग घर की जब हर है यही देखा है जिस दम भी नजर की जब हर है यही देखा है जिस दम भी नजर की अली का घर अदन के मुल्क का दारुल खिलाफा है इजाफा है लिफाफा है दारुल खिलाफा है दारुल खिलाफा है पाकिस्तान दा दारुल खिलाफा इस्लामाबाद इंग्लैंड दा यूके दा दारुल खिलाफा लंदन इस तरह नियाज़े मौला ते दीन दा दारुल खिलाफा है अबू तालिब दा घर इजाफा है लिफाफा है दारुल खिलाफा है हुन अगला काफिया जड़ा तो वह भी मुश्किल है जल्दी नहीं लभण वाला लेकिन मैं तुहाड़े तक पहुंचाना चाहना किवें भाई जो इस दर पे झुके बेदर वो गुज़र पाएगा जो इस दर पे झुके बेदर वो गुज़र पाएगा सगे कुवे अली देखो कलंदर बन गए सगे कुवे अली देखो कलंदर बन गए अली के दर पे झुकने मेरे मुनाफा ही मोहब्बत वासे जड़े कल पांच मिनट में छोड़ गया हम ना वो भी कोई पूरा नहीं मैं घंटा पूरा पढ़ के गया बस वो मैंने पता कोई ना है कि मौलवी साहब का इंतजार होता पे लिहाजा मैं आज वो भी पांच मिनट लाना पिया नाल जी बिस्मिल्ला कर ओ जरना दौलत जो मिल गया
پہلا مصرع پڑھے، زر نہ دولت جو مل گیا کافی ہے. بندے سوال کر سکتے ہیں غلام عباس کیڑی شاید مل گئی ہے؟ آداب نے کہا زر نہ دولت جو مل گیا کافی ہے. جو مل کیڑی شاید گئی ہے دسنا جانا. زر نہ دولت جو مل گیا کافی ہے. آباد رہو، وستے رہو، وستے رہو. زر نہ دولت جو مل گیا کافی ہے. ساکو حیدر دی بس ولا کافی ہے. ممبر تے سپیکر دے سامنے دو دو نہیں بلکہ چار چار سپیکر اعلان کر کے آخر غلام عباس رتن اعلان کر کے آدھا پہ جنت نہیں چاہی دی. دعویٰ بغیر دلیل دے نہیں سکتا. بندے آکھ سکدن عجیب بندہ ہے، بندے نمازاں پڑھدن جنت واسطے، نمازاں چ اوور ٹائم جنت واسطے، روزے، حج، زکوٰۃ، کوئی بھی نیک عمل جنت واسطے. عجیب بندہ ہے ممبر تے کھڑ کے آدھا پیا جنت نہیں چاہی دی. نیاز مولا دلیل دینا چاہنا دعویٰ جو کیتا ہے کس واسطے جنت نہیں چاہیے، اس واسطے کہ بھائی کھل دے بری کی شہ ذکر علی دے بدلے پاگل علی دے بیکھے جنتا وچ دے پھر دے. سلامت رہو جنت اس واسطے نہیں چاہیے کہ بھائی کھل دے بری کی شہ ذکر علی بدلے پاگل علی دے بیٹھے جنتا پھر دے پھر دے. کھل دے بری کی شہ ذکر علی دے بدلے پاگل علی ہور ہور طلب ذکر حیدر دا بس مزا کافی ہے. ذکر ہے ہور 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 دا بس مزا کافی ہے. ساکو جنت نہیں کربلا سلامت. پھر پڑھ دیں جی بسم اللہ کرا. کھل دے بری کی شہ ذکر علی دے بدلے پاگل علی دے بیٹھے جنتا وچ دے پھر دے. ہرگز نہیں دنیا تے جنت دی طلب ذکر حیدر دا بس ملا کافی ہے.
कायनात की कीमत का शेर है, कंजूसी ना करा, वो भी सुनाई वाया मुबाहला। मैं अगलिया मैसा दे कल या परसों मुबाहला परसा मुकम्मल पूरा, आज सिर्फ एक शेर और इंशाल्लाह मुबाहला सुन वैसा पांच टुर दे नजर आ सुन ਉਹਨਾਂ ਦੀ ਅਤਾ ਤੇ ਫਕਰ ਜ਼ਾਤੀ ਦਾਵਾ ਹੈ ਹੀ ਕੋਈ ਨਹੀਂ, ਜ਼ਾਤੀ ਹੈਸੀਅਤ ਦੋ ਟਕੇ ਦੀ ਨਹੀਂ, ਤੁਹਾਡੀਆਂ ਜੁੱਤੀਆਂ 'ਚ ਬਾਣ ਦੇ ਲਾਇਕ ਨਹੀਂ। ਨਿਆਜ਼ ਮੁਬਾਹਲਾ ਕੱਲ੍ਹ ਜਾਂ ਪਰਸੋਂ, ਕਿਉਂਕਿ ਮੈਂ ਇਹਨਾਂ ਮਜਲਸਾਂ ਦੇ ਵਿੱਚ ਨਾਤ ਵੀ ਪੜ੍ਹਨੀ ਹਾਂ। ਹਾਂ, ਔਰ ਜਿਹੜੇ ਮੇਰੇ ਅਹਿਲ ਸੁਨਨ ਜਮਾਤ ਭਾਈ ਮਜਲਸ 'ਚ ਆਉਂਦੇ ਨੇ, ਨਾਤ ਜ਼ਰੂਰ ਸੁਣਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਸ਼ੀਆਂ ਦੇ ਜ਼ਾਕਿਰ ਨਾਤ ਕਿਵੇਂ ਪੜ੍ਹਦੇ ਨੇ। ਕੱਲ ਪਰਸੋਂ ਇਨਸ਼ਾਅੱਲਾ ਨਾਤ ਵੀ ਪੜ੍ਹਸਾਂ ਆਪਣੇ ਉਸਤਾਦ ਮੋਹਤਰਮ ਦੀ, ਬੀਏ ਸਾਹਿਬ ਦੀ। ਮੁਬਾਹਲਾ ਨਹੀਂ, ਇੱਕ ਸ਼ੇਰ। ਜਜ਼ੀਆ ਦੇਨੇ ਆ, ਪਾਦਰੀ ਆਖਿਆ, ਈਸਾਈ ਆਖਿਆ, ਜਜ਼ੀਆ ਦੇਨੇ ਅੱਲਾ ਦਾ ਨਬੀ ਵਾਪਸ ਤੁਰਵਾਂ ਸਰਕਾਰ ਤੋਂ, ਮੈਂ ਅਗਰ ਮਾਫੀ ਮੰਗਣੀ ਆਈ ਆਏ ਕਿਉਂ? ਉਸ ਵੇਲੇ ਪਾਦਰੀ ਹੱਥ ਬੰਨ ਕੇ ਗੱਲ ਕਰੀ ਆ ਦੇ, ਇਸ ਗੱਲ ਲਈ ਮਾਫੀ ਮੰਗਦੇ ਈਸਾ ਦੇ ਸਭ ਈਸਾਈ, ਮਰੀਅਮ ਦੀ ਆਜ਼ਾਦੀ ਜਿਹੜੀ ਹੈ ਟੁਰ ਕੇ ਆਈ, ਗੱਲ ਦੀ ਮਾਫੀ ਮੰਗਦੇ ਮਰੀਅਮ ਦੀ ਆਜ਼ਾਦੀ ਜਿਹੜੀ ਹੈ ਟੁਰ ਕੇ ਆਈ, ਆਕਾ ਤੇ ਨੌਕਰਾਂ ਦਾ ਹੁੰਦਾ ਜੋੜ ਨਹੀਂ ਮਿਲ ਜਾਵੇ ਢਲੀ ਦੀਗਰ ਰਜਾਬ 28 ਦੀ ਢਲੀ, ਜਿਵੇਂ ਬਜ਼ੁਰਗ ਤਰਤੀਬ ਦੇ ਗਏ, ਮੈਂ ਬਾਰ ਬਾਰ ਆਦਾਰਾਂ ਨਾਲ ਮੈਂਬਰ 'ਤੇ ਇਸ ਲਾਲਚ 'ਚ ਨਹੀਂ ਕਿ ਬਹੁਤ ਜ਼ਿਆਦਾ ਦਾਤ ਮਿਲੇ, ਜਿਹੜੇ ਮੇਰੇ ਮੁਕੱਦਰਾਂ 'ਚ ਮੇਰਾ ਹਿੱਸਾ ਮੇਰੀ ਪਾਤਸ਼ਾਹ ਨੇ ਰੱਖੇ ਉਹ ਮਿਲ ਕੇ ਰਹਿਣਾ, ਬੜਾ ਮੁਤਮਿਨ ਜਿਹਾ ਜ਼ਾਕਿਰ ਹੈ। ਸਿਰਫ ਜ਼ਿਕਰ ਨੂੰ ਜ਼ਿਕਰ ਸਮਝ ਕੇ ਕਰਨਾ ਚਾਹੁੰਦਾ, ਔਰ ਜਿਹੜੇ ਬੰਦੇ ਜ਼ਿਹਨ ਬਣਾ ਕੇ ਬੰਦੇ ਨਾ ਮੁਕਾਬਲੇ ਦਾ ਕਦੇ ਨਾ ਬਣਾਇਆ ਕਰੋ, ਜ਼ਿਕਰ 'ਚ ਕਿਹੜਾ ਮੁਕਾਬਲਾ। ਬਜ਼ੁਰਗ ਜਿਵੇਂ ਤਰਤੀਬ ਦੇ ਗਏ ਨੇ ਇਹਨਾਂ ਮਜ਼ਮੂਨਾਂ ਨੂੰ, ਬਸ ਬਿਲਕੁਲ ਉਸੇ ਤਰਤੀਬ ਦੇ ਨਾਲ ਮੈਂ ਪੂਰਾ ਮੁਹਰਮ ਪੜ੍ਹਸਾਂ। ਪੜਦਾ ਪਿਆ ਢੱਲੀ ਦੀ ਗਰ ਰਜਾਬ 28 ਦੀ, ਕੀਤੇ ਸੈਯਦਾ ਬੰਦ ਦਰਵਾਜ਼ੇ, ਸਜਾਦਾ ਦੇ ਮੈਂ ਕੁੰਡ ਸਣ ਲਗਾਏ ਤੇ ਅੱਬਾਸ ਦੀ ਮੌਤ ਦਾ ਰਾਜ਼, ਕੁੰਡ ਸਣ ਲਗਾਇਓ ਤੇ ਅੱਬਾਸ ਦੀ ਸੁਣ ਸੁਣ ਲਫ਼ਜ਼ 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 ਸੈਦ ਰੋਗਿਆਂ ਦੇ ਮਾਮਲ ਨਹੀਂ, ਤੜੀਆਂ ਫੁੱਫੀਆਂ ਦੇ ਖੜੇ ਹਨ ਤਿਆਰ ਜਨਾਜ਼ੇ ਸਦਕੇ, ਇਹ ਮਾਮਲ ਨਹੀਂ ਤੜੀ
ਮੇਰੀਆਂ ਫੁੱਫੀਆਂ ਦੇ ਉਹ ਖੜੇ ਤਈ ਬਹੁਤ ਕਦੀਮੀ ਇਹ ਤੁਹਾਡਾ ਮੁਲਤਾਨ ਦਾ ਸ਼ਾਗਿਰਦ ਬੜੇ ਬੜੇ ਬਜ਼ੁਰਗ ਸੁਲਤਾਨ ਨੌਕਰੀਆਂ ਦੇ ਗਏ ਬਿਲਕੁਲ ਜਿਵੇਂ ਬਜ਼ੁਰਗ ਪੜ੍ਹਦੇ ਹੁੰਦੇ ਨੇ ਅਗਰ ਤੁਹਾਡੀ ਇਜਾਜ਼ਤ ਹੋਵੇ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮ 'ਤੇ ਚੱਲਾਂ ਬਜ਼ੁਰਗ ਜੇ ਪੜ੍ਹਦੇ ਹੁੰਦੇ ਹਨ ਭੈਣ ਅਤੇ ਭਰਾ ਦੀਨ ਦੇ ਮੁਸਤਕਬਿਲ ਦੀ ਸਲਾਹ ਬੈਠੇ ਕਰਦੇ ਹਾਏ ਕਿਹੜੇ ਸੋਹਣੇ ਲਫ਼ਜ਼ ਹਨ ਇਹਨਾਂ ਨੂੰ ਰੋਵਣ ਵਾਸਤੇ ਫਿਰ ਸੁਣੋ ਲਫ਼ਜ਼ ਵੇਣ ਤੇ ਫਿਰਾ ਦੀਨ ਦੇ ਮੁਸਤਕਬਿਲ ਦੀ ਸਲਾਹ ਪੈ ਕਰਦੇ ਨੇ ਇੱਕ ਬੈ ਕੋਲੋਂ ਫਿਰਾ ਵੇਣ ਕੋਲੋਂ ਵੇਣ ਫਿਰਾ ਕੋਲੋਂ ਖਰਚਾ ਪੁੱਛਦੇ ਪਏ ਤੁਹਾਡਾ ਕਿਆ ਲੱਗ ਸੀ ਮੇਰਾ ਕਿਆ ਲੱਗ ਸੀ ਸਲਾਹ ਪੈ ਕਰਦੇ ਨੇ ਮੈਂ ਸਦਕੇ ਵਾਂ ਜਾਂ ਦਰਵਾਜ਼ੇ 'ਤੇ ਦਸਤਕ ਹੋਈ ਹੈ ਇਹਨੂੰ ਦਸਤਕ ਹੋਈ ਹੈ ਵੇਣ ਦੇ ਪਾਸੇ ਨਿਮਾਣੀ ਅੱਖੀਂ ਡੇਕ ਕੇ ਪੜੇ ਇੰਨਾ ਲਿਲਾਹ ਮੈਂ ਸਦਕੇ ਵਾਂ ਵਿਰਾ ਦਾ ਹੱਥ ਚੁੰਮ ਕੇ ਆਦੀਏ ਇਹ ਆਏ ਤਾਂ ਉੱਥਾਂ ਪੜ੍ਹੀਂਦੀ ਹੈ ਜਿੱਥਾਂ ਮੌਤ ਦੀ ਖਬਰ ਹੋਵੇ ਸਹੀ ਅਦਾਦਨ ਮੌਤ ਨਾਲੋਂ ਘੱਟ ਨਹੀਂ ਦਰਵਾਜ਼ੇ 'ਤੇ ਆਏ ਦਰਵਾਜ਼ਾ ਦਰ ਲਹਾਏ ਦਰਵਾਜ਼ਾ ਖੋਲ੍ਹੇ ਕਿਆ ਡਿੱਠੇ ਵਲੀਦ ਦਾ ਸਿਪਾਹੀ ਹੈ ਹਰ ਬੰਦੇ ਦਾ ਆਪਣਾ ਅੰਦਾਜ਼ ਹੈ ਮੇਰਾ ਅਕੀਦਾ ਇਜਾਜ਼ਤ ਨਹੀਂ ਦਿੰਦਾ ਇਮਾਮ ਪੁੱਛਿਆ ਹੋਵੇ ਤੂੰ ਕੌਣ ਹੈ ਅਤੇ ਕਿਵੇਂ ਆਇਆ ਇਮਾਮ ਗਾਫਲ ਨਹੀਂ ਹੁੰਦੇ ਇਮਾਮ ਨਾਜ਼ਮੇ ਕਾਇਨਾਤ ਹੁੰਦੇ ਕੋਈ ਵਿਸ਼ਾ ਇਮਾਮ ਕੋਲੋਂ ਛੁਪੀ ਹੋਈ ਨਹੀਂ ਹਾਂ ਤੁਹਾਕੂ ਸਾਕੂ ਦੱਸਣ ਵਾਸਤੇ ਮੈਂ ਜ਼ਰੂਰ ਆਦਾਂ ਅੱਲਾਹੁ ਅਕਬਰ ਇਮਾਮ ਫਰਮੈਂਦਨ ਅਤੇ ਕੋ ਕੈਂ ਭੇਜੇ ਇਹ ਹੀ ਜਾਣਦਾ ਤੂੰ ਕਿਸ ਵਾਸਤੇ ਆਏ ਇਹ ਹੀ ਜਾਣਦਾ ਇਮਾਮ ਫਰਮੈਂਦਨ ਅਤੇ ਕੋ ਵਲੀਦ ਭੇਜੇ ਵਾਪਸ ਲਗਾਵਾਂ ਮੈਂ ਬਤੂਲ ਦਾ ਪੁੱਤਰ ਹਾਂ ਵਾਅਦਾ ਕਰੇਂਦਾ ਹੁਣੇ ਆਵੇ ਸਾਂ ਇਹ ਵਾਪਸ ਲਗਾ ਗਿਆ ਹੁਣ ਜੋ ਸ਼ਬੀਰ ਵਾਪਸ ਵੱਲੇ ਇੱਕ ਪੁਰਾਣਾ ਜਿਹਾ ਬੰਦ ਯਾਦ ਆ ਗਿਆ ਵਾਪਸ ਵੱਲੇ ਉਹ ਜਿਹੜੀ ਫਿਰਾ ਦੇ ਚਿਹਰੇ ਦੀ ਆਸ਼ਕ ਭੇਣ ਆਈ ਬਰਦਾਸ਼ਤ ਭੇਣ ਆਈ ਨਾ ਬਰਦਾਸ਼ਤ ਨਹੀਂ ਕਰ ਸਕੀ ਫਿਰਾ ਨੂੰ ਗੱਲ ਆ ਕਿਆ ਜੀ ਰੋਂਦਾ ਕਿਉਂ ਹੈ ਮੈਂ ਕੁੜਸ ਦਰਵਾਜ਼ੇ ਤੇ ਕੌਣ ਆ ਸੈਯਦ ਰੋ ਕੇ ਅਦਨ ਵਲੀ ਦਾ ਸਿਪਾਹੀ ਮੈਂ ਕੋ ਦਰਬਾਰ ਚ ਸੜੇ ਮੈਂ ਦਰਬਾਰ ਪਿਆ ਵੈਨਾ ਦਰਬਾਰ ਵੰਜਣ ਦਾ ਨਾਮ ਹੈ ਕਰਬਲਾ ਦਾ ਗਰੀਬ ਜਿਹੜੇ ਵੇਲੇ ਦਰਬਾਰ ਦਾ ਦੱਸਿਆ ਬੀਬੀ ਰੋਂਦੀ ਰੋਂਦੀ ਜ਼ਮੀਨ ਤੇ ਬਹਿ ਗਈ ਬੀਬੀ ਆਦੀਏ ਮੈਂ ਤਾਂ ਸਮਝਿਆ ਅਸਾਂ ਵਸਦੇ ਪਿਆ ਸਾਡੇ ਉਜੜਨ ਦੀ ਰੁੱਤ ਦੂਰ ਉਹ ਜੇ ਆ ਗਈਏ ਗੁਰਬਤ ਜਨ ਵੀਰਣ ਖੁਸ਼ ਥੀ ਗੇ ਮਨ ਸਦਕੇ ਸਦਕੇ ਪਰ ਖਿਆਲ ਰੱਖੇ ਤੈਨੂੰ ਬਯਤ ਕੀਤੇ ਵਜੇ ਲੋਕ ਕਰਨ ਮਜਬੂਰ ਉਹ ਕਰੇ ਸਾਫ ਇਨਕਾਰ ਤੂੰ ਪਿਓ ਵਾਂਗੂ ਮੈਂ ਕੂ ਸ਼ਾਮ ਦਾ ਪਥ ਮਲ ਬੜੇ ਹੌਸਲੇ ਦੇ ਨਾਲ ਪੰਜ ਛੇ ਮਿੰਟ ਦੀ ਬਾਕੀ ਨੌਕਰੀ ਹੈ ਬੜੇ ਹੌਸਲੇ ਨਾਲ ਅੱਲਾਹੁ ਅਕਬਰ ਸੈਯਦ ਆਦਨ ਭੈਣ ਘਬਰਾਉਣ ਦੀ ਜ਼ਰੂਰਤ ਨਹੀਂ ਵਲੀਦ ਮੇਰਾ ਕਾਤਿਲ ਨਹੀਂ ਮੈਂ ਇਮਾਮ ਹਾਂ ਮੈਂ ਜਾਣਦਾ ਵਲੀਦ ਮੇਰਾ ਕਾਤਿਲ ਨਹੀਂ ਮੈਂ ਵਹਿੰਦਾ ਪੀਆਂ ਮੈਂ ਹੁਣੇ ਵਾਲਾ ਸਾਂ
मैं सदके थीवा दरबार वंजन दा नाम मैं फिरा दा दामन न पे रोकिया दिए कल्ला ना वंजन दे साम सैयदा दे होने वाला सामी बिया दिए जड़ा दा हसन तुरे उम्मत तो इतबार उठ गए जाकर दा काम मेहनत कर ले मेरा गरीब फिरा जड़ा दा हसन तुरे जड़ा दा अमीर तुरे साढ़े उम्मत तो इतबार उठ गया मैं कल्ला ना वंजन दे सांभिरा वंजना चांदा भेंड वंजन निडे दी दामन नपी खड़ी है बुजुर्ग इंजे पढ़ दे रहने ते सारा मंजर डिठ है लो बाबा खातून सरकार वफा दी जोजा जनाबे फजल दी माँ ने मंजर डिठ है नालायन ने समली जल्दी दे नाल अपनी हवेली आई है हालत केड़ी डिठी है जनाबे अब्बा जनाबे फजल ने दिलटाई बैठे न वफा दे दर्स पे डेन फजल बचड़ा अकबर तेरा सरदार है तेरा फिरा नहीं सज्जा तेरा सरदार है उन मोहम्मद तेरे सरदार है कासम तेरा सरदार है असगर तेरा सरदार है हुसैन दिया दिया तेरिया भेड़ा नहीं तेरिया सेना है ए वफा दे दस पड़े न क्यों ते पुत दी गल च दखल अंदाजी नहीं की थी जमीन ते बह के रोना शुरू की ते जिवे पक्षी नू गज लगदा है आवाज सुनिए सरकार वफा साईं नू बाबा दे पास डेक के आदम फजल दी मां मेरी जिंदगी च कह रवाई आई बीबी आदी ये कह दी जुरत है जो तेरी जिंदगी च मैनू करवावे अब्बास मैनू किसे नहीं मैनू तैरवाया है सदके सदके अब्बास कहंदी जुरत है जो अब्बास दी जिंदगी च मैनू करवावे अब्बास मैनू किसे नहीं मैनू तैरवाया है अब्बास फरमाइंदा फजल दी मां मैं की रवाया है बीबी आदी है अब्बास वफात हर प्याद है अजीब मंजर वेखाइया हुसैन दी हवेली च बिरा दा दामन भेण नपी खड़ी है हुसैन कई पासे तैयार है वंजना चांद है भेण वंजन नहीं दे दी ये वादी पई है कल्ला ना वंजन दे सा मेरे उम्मत दोबार उठ गए गाजी मौला लफ सुने नालैन ने संभली तलवार चाहिए उच्ची उच्ची अनार आवाजा दे नाल हकल मार के दे लबैक या हुसैन लबैक या हुसैन मेरी जिंदगी च कदे न रोवो अल्लाह हू अकबर शागिरदां नू पता लग्या है हाशमी जवानां नू पता लग्या है जो साडा उस्ताद जलाल च सारिया तलवारां कढ़ियां सरकार वफा दे पिछू पिछू दौड़ना शुरू कीता है त्रिखे कदमां दे नाल टुरदे होए हुसैन दी हवेली ओ लफ्ज़ां च नवासे सारी मेहनत ते मुकदी पई है मेरी पढ़ाई सखी शबीर दी हवेली च जेड़े वेले पहला कदम रखे वफा दे शहनशाह ने बाबा जी पहले तो दामन नपी खड़ी है हुण अब्बास तू आदिया डेक के दामन छोड़ के आ दिए हुण वाल हुण जिवे दिल लई होवे वाज मेरा मान आ गिए मेरा अलमवल आ गिए सदके ओ मेरा परदियां दा निगरान आ गए हुण जिवे दिल लई होवे मेरे हिस्से दियां मुकाना मुल्क च मुक गईयां ने सबंद ते जरूर पढ़दा क्यों लुकावा मैं सदके वांझ बीबी आदी मेरा माण आ गया हुण जिवें दिल ही उवें वांझ मैनू अब्बास दा इंतजार मेरा अलमा वाला आ गया हुण जिवें दिल ही उवें वांझ अब्बास करीब आयन कदमा ते हाथ रखन मेरी जिंदगी च भेण ते भिरा रोवो मेरे जीवन दा मकसद मैनू दस के रवाए शबीर भिरा दे गल च बाई पा के दन अब्बास मैनू दरबार च वलीद ने सडाए मैं दरबार वंजना चाहना भेण वंजन डेंदिया दी कल्ला ना वंजन दे सा
अब्बास मैं जानदा वलीद मेरा कातिल नहीं मैं होने वाला सा अब्बास मैं ये भी जानदा कमीना मेरे को बैत मंसी भैया का नाम है गाजी मौला कदमा ते हाथ ला के गाजी यादा जै मंगदन भैया तेरा वीर दे कातिल घर छोड़ नहीं चन जहरा दा ओ इक लहजा मैं कु इजन चाडे खिना बदला हसन इजन जाडे गिना बदला हसन रजादा सदके ओ तैकु वतन मदीना बहु प्यारा है इथा रौजा है तेरी मादा ओ मैं सारी जिंदगी देखना चांदा घर वसदा भेण अगर नाराज ना हो तो दो मिनट की इजाजत दे दियो तुहाडी मोहब्बत वास्ते मैं जितना पढ़ना ही मेरी तवक्को तो ज्यादा सोनी इबादत कर बैठे हो दो मिनट माफी मांग के आज हुसैन वसदा है दरबार वंजन का अंदाज क्या है यो गल्लां ने बुजुर्गां दी जिवें बुजुर्ग पढ़दे हुंदे दरबार वंजन का अंदाज क्या है खबे पासे सरकारे वफा सजे पासे जनाबे मुस्लिम बिन अकील पीछे जनाबे अब्दुल्ला बिन जाफर तैयार पीछे इमाम ज़ैनुल आबिदीन ए हुसैन दी फौज है आनो मोहम्मद कासिम जनाबे अली अकबर ए हुसैन दी फौज है तुरना शुरू कीता है पाक मिंबर दी इज्जत दी कसम है जमीन हल दी आई हाशमी जवान बाहर निकले टुर दे आंदे रस्ते च शबी ए गल्लां रस्ते च शबीर फरमाया अब्बास मोहम्मद हनफिया अब्दुल्ला मुस्लिम सज्जाद अकबर कासिम आनो मोहम्मद याद रखा है मैं दरबार दे अंदर ही कल्ला वैसा मत्ता कमीना में कुत्ता ना देवे हुसैन जंग वास्ते आए अपनी फौज नाल रला के अपने रिश्तेदारा को नाल खेलना है मैं जालिम दे मुंह चो ताना नहीं सुनना चाहता मता कमीना आखे हुसैन अपने रिश्तेदारा को खेलना है मेरे नाल कोई ना वैसी सारे रुक गए जिगर फटदे ना गल्लां ते सारे रुक गए मगर वफा दा परवरदिगार नाल नाल टुरदा ने सैयदा दे नब्बास तैं नहीं सुनिया कदमा ते हाथ ला के गाजी मौला दन मौला मैं सुनी खड़ा तुसा फरमाए जो कोई मेरा रिश्तेदार नाल ना सी मौला जेड़े तेरे रिश्तेदार न रुक गए न मैं ता तेरा नौकर सदके सदके मौला जेड़े तेरे मैं बिस्मिल्लाह करा सोनिया लगदियां नखां रोंदियां शबीर नूं जेड़े तेरे रिश्तेदार न रुक गए न मैं ता तेरा नौकर विराद गल च बाई पा क्या दिन कह आख्या जो तू मेरा नौकर मेरा 32 साल दा जवान भीरा तू ता मेरा भीरा है मैं सदकियों आया गाजी मौला कदमा ते हाथ रखन मौला अगर दरबार दे अंदर इकल्ले वैसो कोई उच जे को वने कोई कमी ना तुहाडे नाल उच्चे करे मैं अपनी सहन नु केड़ा मुंह दिखेसा सैयदा दन अब्बास ऐसी कोई बात नहीं हाँ अगर कोई ऐसी बात होई भी ता मैं नारे तौहीद बुलंद करे सा तू अली दा पुत्र है दरवाजा तोड़ दवे को खैबर नालो भारा ता नहीं यो आके मौला अंदर आए वलीद ने खत पेश किया हुसैन खुदा दी लानत होवे ए यजीद दा खत या बैत कर या वतन छोड़ मैं सदके आया कुर्सी रखी है सैयद आदन बहन वास्ते नहीं आया तेनू पता नहीं कमीना ना मेरे प्यू किसे फासिल को फाजर दी बैत की थी ना मेरे नाने ना मेरे भीरा ना मैं करन वास्ते तैयार हूँ बस शबीर दा जवाब सुनन दे बाद
ایک کمینا وضو پیا کردا اشارہ کر کے آدھا مار دے اکلا ہے اس تو چنگا موقع نہ بن سی مار دے نظر امامت اٹھیے اس کمینے دے پاسے دے کہ امام فرمین تجویز سوچے دائے قتل میں دے دی او میں کو سمجھ کے توں تنہائے او تے کو علم نہیں دروازے تے موجود عباسے